ਵਧੀਆ ਜੀ, ਤੁਸੀਂ ਸੁਣਾਓ? ਵਧੀਆ, ਕੀ ਬਣਦਾ? ਕੁਛ ਨੀ ਜੀ, ਜੂਸ ਕੱਢ ਰਿਹਾ ਸੀ, ਆਜੋ ਪਿਆਈਏ। ਕਾਹਦਾ ਜੂਸ ਕੱਢੀ ਹੁੰਦੇ ਆ? ਆਪਾਂ ਨੈਚੁਰਲ ਕੱਢੀ ਦਾ ਜੀ ਘਰੇ, ਗਾਜਰਾਂ ਦਾ। ਅੱਛਾ, ਗਾਜਰਾਂ ਦਾ ਜੂਸ। ਹਾਂਜੀ ਹਾਂਜੀ, ਸਵੇਰੇ ਲੈ ਆਇਓ ਫਿਰ, ਨਾਲੇ ਪਾਸਪੋਰਟ ਲੈ ਆਇਓ। ਸੱਚੀ ਕਹੋ? ਹੋਰ ਸੱਚੀ ਕਹੋ? ਸੱਚੀ ਮਜ਼ਾਕ ਨਾ ਕਰੋ, ਮੇਰੀ ਧੜਕਣ ਵੱਧ ਗਈ। ਨਹੀਂ ਨਹੀਂ, ਮਜ਼ਾਕ ਨੀ ਕਰਦੇ ਵੀਰ, ਆ ਗਿਆ ਤੁਹਾਡਾ। ਓ ਬੱਲੇ, ਥੈਂਕ ਯੂ ਸੋ ਮਚ, ਧੰਨਵਾਦ ਤੁਹਾਡਾ ਬਹੁਤ ਬਹੁਤ। ਨੋ ਪ੍ਰੋਬਲਮ ਵੀਰੇ, ਤੁਹਾਡਾ ਬੜਾ ਵਾਕਈ ਆ, ਮੇਰੀ ਧੜਕਣ ਵੱਧ ਗਈ। ਆਏ ਵਾਜਾ ਨਹੀਂ, ਥੈਂਕ ਯੂ ਸੋ ਮਚ। ਮੈਂ ਤੁਹਾਨੂੰ ਸੱਚੀ ਦੱਸਾਂ, ਵਾਕਈ ਬਾਬਾ ਕਿੱਡੀ ਸੁਣਦਾ। ਹਾਂਜੀ, ਅੱਜ ਨਾ ਜਿਵੇਂ ਸਾਡੇ ਪਿੰਡ ਵਾਲੇ ਗ੍ਰੰਥ ਸਾਹਿਬ, ਉਹਨਾਂ ਦਾ ਨਾ ਉਹ ਸਵੇਰੇ ਆਏ ਤੇ ਮੈਂ ਬਾਬਾ ਜੀ ਨੂੰ ਕਿਹਾ, ਬਾਬਾ ਜੀ ਕੋਈ ਕਰੀ ਅਰਦਾਸ, ਕੰਮ ਲੇਟ ਹੋਈ ਜਾਂਦਾ। ਮੈਨੂੰ ਅੱਗੇ ਉਹਨਾਂ ਨੇ ਤਾੜ ਕੇ ਕਿਹਾ, ਕਹਿੰਦੇ ਗੁਰਦੁਆਰੇ ਕਹਿੰਦਾ ਕੌਣ ਆ? ਮੈਂ ਕਿਹਾ ਵੀ ਮੈਂ ਗਿਆ ਤਾਂ ਹੈਗਾ ਆ, ਥੋੜੇ ਆਪਣੇ ਪਿੰਡ ਵਾਲੇ ਘੱਟ, ਮੈਂ ਦੂਜੇ ਜਿਆਦਾ ਜਾਂਦਾ ਹੁਣ, ਮੈਂ ਕੱਲ ਪਰਸੋਂ ਤਰਨ ਤਾਰਨ ਸਾਹਿਬ ਮੱਥਾ ਟੇਕ ਕੇ ਆਇਆ। ਤੇ ਕਹਿੰਦੇ ਕੋਈ ਨੀ, ਆਪਾਂ ਕਰਦੇ ਅਰਦਾਸ ਬੇਨਤੀ, ਤੂੰ ਅੱਜ ਤੋਂ ਸ਼ਾਮ ਨੂੰ ਸ਼ੁਰੂ ਕਰ, ਜਿੰਨਾ ਚਿਰ ਤੂੰ ਨਹੀਂ ਜਾਂਦਾ ਸੁੱਖ ਆਸਣ ਕਰਾਇਆ ਕਰ ਸ਼ਾਮ ਨੂੰ ਆ ਕੇ। ਤੇ ਬਾਬੇ ਨੇ ਕਿੱਡੀ ਸੁਣੀ ਨੀ ਆਈ ਆ ਬਸ। ਥੈਂਕ ਯੂ ਸੋ ਮਚ, ਤੁਹਾਡੀ ਟੀਮ ਦਾ ਵੀ ਬਹੁਤ ਧੰਨਵਾਦ। ਨਹੀਂ ਨਹੀਂ, ਕੋਈ ਗੱਲ ਨੀ ਵੀਰੇ, ਫਰਜ਼ ਆ ਸਾਡਾ।